ਹਸਪਤਾਲ ਚ ਪਈ ਜ਼ਖਮੀ ਪਿਤਾ ਦਾ ਦਰਦ ਨਾ ਚੱਲ ਹੋਇਆ ਤਾਂ ਕੁੜੀ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਘਟਨਾ ਮੰਡੀ ਗੋਬਿੰਦਗੜ੍ਹ ਤੋਂ ਸਾਹਮਣੇ ਆਈ ਹੈ, ਜਿੱਥੇ 14 ਸਾਲ ਦੀ ਨਾਬਾਲਗ ਕੁੜੀ ਨੇ ਆਪਣੇ ਘਰ ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਦਰਅਸਲ ਇਸ ਦੇ ਪਿਤਾ ਦਾ ਬੀਤੀ 6 ਜੁਲਾਈ ਨੂੰ ਇੱਕ ਨਿੱਜੀ ਸਕੂਲ ਦੀ ਬੱਸ ਦੇ ਨਾਲ ਐਕਸੀਡੈਂਟ ਹੋਇਆ ਸੀ, ਜਿਸ ਤੋਂ ਬਾਅਦ ਕਾਫੀ ਗੰਭੀਰ ਅਵਸਥਾ ਦੇ ਵਿੱਚ ਇਸਦੇ ਪਿਤਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸਦੇ ਪਿਤਾ ਦੀ ਹਾਲਤ ਬਹੁਤ ਖਰਾਬ ਹੁੰਦੀ ਗਈ ਤੇ ਹੁਣ ਉਹ ਕੋਮਾ ਦੇ ਵਿੱਚ ਨੇ। ਅਤੇ ਜਦੋਂ ਕੁੜੀ ਆਪਣੇ ਪਿਤਾ ਨੂੰ ਹਸਪਤਾਲ ਮਿਲਣ ਗਈ ਤਾਂ ਉਸ ਤੋਂ ਆਪਣੇ ਪਿਓ ਦਾ ਦਰਦ ਨਾ ਚੱਲ ਹੋਇਆ ਤੇ ਘਰ ਆ ਕੇ ਬਹੁਤ ਜ਼ਿਆਦਾ ਬੇਚੈਨ ਹੋਈ ਤੇ ਘਰ ਦੇ ਵਿੱਚ ਦਰਵਾਜ਼ਾ ਬੰਦ ਕਰਕੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਲੜਕੀ 10ਵੀਂ ਕਲਾਸ 'ਚ ਪੜ੍ਹਦੀ ਸੀ, ਜਿਸ ਵੱਲੋਂ ਇਹ ਕਦਮ ਚੁੱਕਿਆ ਗਿਆ। ਦੱਸਿਆ ਜਾ ਰਿਹਾ ਕਿ ਇਸ ਮਾਮਲੇ 'ਚ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਉਸਦੀ ਬੇਟੀ ਨੇ ਖੁਦਕੁਸ਼ੀ ਕੀਤੀ ਹੈ। ਪੁਲਿਸ ਮੁਤਾਬਕ ਹਾਦਸੇ ਦੇ ਮਾਮਲੇ 'ਚ ਦੋਹਾਂ ਧਿਰਾਂ ਵਿਚਾਲੇ ਸਮਝੌਤੇ ਦੀ ਗੱਲ ਚੱਲ ਰਹੀ ਹੈ, ਜਿਸ ਕਾਰਨ ਕਾਰਵਾਈ ਨਹੀਂ ਹੋ ਸਕੀ। ਫਿਲਹਾਲ ਮ੍ਰਿਤਕ ਲੜਕੀ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਸਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। उसके पापा बहुत बुरी तरह से एक्सीडेंट हो गए, वो कोमा में चले गए, उनके हाल उसके देखा नहीं जाए। बार बार बोलती थी जब मम्मी हॉस्पिटल ले जाओ हॉस्पिटल ले जाओ, मैं सुनी नहीं। और कल लेके मैं चली गई हॉस्पिटल, वो थी फांसी लगा दी। कब एक्सीडेंट हुआ था? 6 तारीख को, महीना हो जाएगा। 6 किस चीज के साथ हुआ था? बस वाले के साथ। कौन सी बस थी? ये बंसन वाले के। स्कूल वाले? हाँ। तो कार्रवाई हुई थी उस पे? रिपोर्ट तो हम लोग लिखाए थे, बस यहाँ थाने में दौड़ रहे थे लोग, दो दिन करके कोई कार्रवाई नहीं की उनके ऊपर। तो इतनी देर से कोई कार्रवाई नहीं? ना, हम लोग गरीब आदमी वहाँ हॉस्पिटल में घर वाले को छोड़ छोड़ के यहाँ आती थी, ये दो दिन टाइम दे देते थे, कुछ नहीं करते थे। तो जो बच्ची ने सुसाइड किया उसका कारण क्या था? वो अपने पापा गई थे, शायद ऐसे कल ना उनकी पाइप निकल गई तो बड़ी बुरी तरह से सांस उल्टे फुलटे लो। मुझे लगता है वो ना सोची होगी शायद मेरे पापा अब नहीं बचे होंगे, इसलिए मैं लेके चली गई वो गेट बंद करके। फंसे उसके 14 खत्म हो गए, 15 वहाँ भी शुरू हुई थी। नहीं कुछ नहीं दिखे। तो परिवार में कमाने वाला कौन है? कोई, बस मेरे घर वाले। क्या करते है? मिल में ड्यूटी करते थे। हालत कैसी है? बहुत बेकार है, कुआं में पड़े ना, उनके हाथ पर कुछ नहीं हिलते हैं, बस ऐसे पड़े रहते हैं। तो जिनके साथ एक्सीडेंट, उन्होंने इलाज भी नहीं करवाया? ना, पहले बोले थे करवाएंगे, बाद में मुकर गए थे नहीं हम कुछ नहीं करवाएंगे। और पुलिस ने कार्रवाई भी की? ना। तो क्या मांग करते हो? हम वही मांग करते जो उनके ऊपर कार्रवाई हो, जैसे मेरे घर बर्बाद हो गए, मेरी लड़की भी चली गई, मेरे घर वाले बिस्तर पे पड़े, वैसे उसके भी क्षति हो। घर में कमाने वाला कौन है? अब कोई नहीं है। कन्हैया तिवाड़ी है, जिन्हों का एक्सीडेंट होया मैं उन्होंने भतीजा हाँ। 6 तारीख ਨੂੰ ਸ਼ਨੀਵਾਰ ਨੂੰ ਉਹ ਬਾਜ਼ਾਰ ਕਿਸੇ ਕੰਮ ਤੋਂ ਗਏ ਸੀਗੇ ਅਤੇ ਸਕੂਲ ਬੱਸ ਹੈਗੀ OP ਬਾਂਸਲ ਸਕੂਲ ਦੀ ਬੱਸ ਸੀਗੀ, ਉਹਨਾਂ ਨਾਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਅਤੇ ਉਹ ਉਸੇ ਵੇਲੇ ਉੱਥੇ ਸੜਕ 'ਤੇ ਉੱਥੇ ਡਿੱਗ ਗਏ, ਬੇਹੋਸ਼ ਹੋ ਗਏ ਅਤੇ ਉੱਥੇ ਕਾਫੀ ਦੇਰ ਪਏ ਰਹੇ। ਉੱਥੋਂ ਉਹਨਾਂ ਨੂੰ ਕੋਈ ਹਸਪਤਾਲ ਨਹੀਂ ਲੈ ਕੇ ਗਿਆ, ਜਦੋਂ ਘਰਦਿਆਂ ਨੂੰ ਪਤਾ ਲੱਗਾ ਉਦੋਂ ਘਰਦੇ ਉੱਥੇ ਪਹੁੰਚੇ ਅਤੇ ਫਿਰ ਉਹਨਾਂ ਨੂੰ ਸਕੂਲ ਦੀ ਉਸੇ ਸਕੂਲ ਦੀ ਬੱਸ 'ਚ ਬਿਠਾ ਕੇ ਅਸੀਂ ਹੋਸਪਿਟਲ ਲੈ ਕੇ ਗਏ, ਪਰ ਇੱਕ ਦੋ ਪ੍ਰਾਈਵੇਟ ਹੋਸਪਿਟਲ ਵਾਲਿਆਂ ਨੇ ਜਵਾਬ ਦੇ ਦਿੱਤਾ। ਫਿਰ ਅਸੀਂ ਖੰਨਾ ਸਰਕਾਰੀ ਹਸਪਤਾਲ ਲੈ ਕੇ ਗਏ, ਉਹਨਾਂ ਨੇ ਫਸਟ ਏਡ ਦੇ ਕੇ ਸਾਨੂੰ 32 ਚੰਡੀਗੜ੍ਹ 32 ਸੈਕਟਰ GMCH ਵਿੱਚ ਰੈਫਰ ਕਰ ਦਿੱਤਾ। ਉੱਥੇ ਉਹਨਾਂ ਦਾ ਇਲਾਜ ਸ਼ੁਰੂ ਹੋਇਆ ਅਤੇ ਹੁਣ ਇਸ ਵੇਲੇ ਮੌਜੂਦਾ ਉਹਨਾਂ ਦੀ ਹਾਲਤ ਇਹ ਹੈ ਕਿ ਇਸ ਵੇਲੇ ਉਹ ਕੋਮਾ ਦੇ ਵਿੱਚ ਆ ਤਾਂ ਉਹਦੀ ਹਾਲਤ ਬਹੁਤ ਜ਼ਿਆਦਾ ਕ੍ਰਿਟੀਕਲ ਆ। ਕੱਲ੍ਹ ਉਹਨਾਂ ਦੀ ਜਿਹੜੀ ਛੋਟੀ ਬੇਟੀ ਸੀਗੀ ਉਹਦਾ ਨਾਂ ਅੰਜਲੀ ਆ, 14 ਸਾਲ ਦੀ ਸੀਗੀ, 10ਵੀਂ ਕਲਾਸ 'ਚ ਪੜ੍ਹਦੀ ਸੀ
ਅਤੇ ਕੱਲ੍ਹ ਉਹਨੇ ਪਾਪਾ ਦੇ ਗਮ ਦੇ ਵਿੱਚ ਉਹਨੇ ਸੁਸਾਈਡ ਕਰ ਲਿਆ। ਕੱਲ੍ਹ ਹੋਇਆ ਇਹ ਸੀਗਾ ਕਿ ਉਹ ਸਵੇਰੇ ਉਹਦੇ ਪਾਪਾ ਦੀ ਸਫਾਈ ਕਰਦੇ ਸੀਗੇ, ਉਹਨਾਂ ਦੀ ਫੂਡ ਪਾਈਪ ਵਿੱਚ ਉਹ ਨੱਕ 'ਚੋਂ ਨਿਕਲ ਗਿਆ ਸੀਗਾ। ਉਹ ਪਾਪਾ ਥੋੜ੍ਹੇ ਤੜਫਣ ਲੱਗ ਪਏ ਜ਼ਿਆਦਾ। ਪਾਪਾ ਦੀ ਹਾਲਤ ਦੇਖ ਕੇ ਉਹਨੂੰ ਅੰਦਰੋਂ ਬਹੁਤ ਜ਼ਿਆਦਾ ਬੇਚੈਨ ਹੋ ਗਈ। ਫਿਰ ਮੰਮੀ ਹੋਣੀ ਉਹਦੀ ਵੱਡੀ ਭੈਣ ਉਹਨੂੰ ਲੈ ਕੇ ਹੋਸਪਿਟਲ ਚਲੇ ਗਏ, ਅਤੇ ਮਗਰੋਂ ਉਹਨੇ ਗੇਟ ਬੰਦ ਕਰਕੇ ਆਪਣੇ ਆਪ ਨੂੰ ਫਾਂਸੀ ਲਗਾ ਲਈ ਸੀ। ਸਰ ਅਸੀਂ ਪਹਿਲਾਂ ਉਹ ਕਹਿੰਦੇ ਤੁਸੀਂ ਪਰਚਾ ਨਾ ਕਰਵਾਈਓ, ਤੁਹਾਨੂੰ ਉਹਦਾ ਜੋ ਵੀ ਇਲਾਜ ਦਾ ਅਸੀਂ ਹੋਊਗਾ ਇਲਾਜ ਕਰਵਾਵਾਂਗੇ, ਉਹਦਾ ਤੁਸੀਂ ਉਹ ਕਾਰਵਾਈ ਨਾ ਕਰਵਾਈਓ, ਅਸੀਂ ਬੰਦੇ ਦਾ ਸਾਰਾ ਇਲਾਜ ਕਰਵਾਵਾਂਗੇ। ਪਰ ਬੰਦੇ ਨੇ ਸਾਨੂੰ ਸਿਰਫ ਦੋ ਵਾਰੀ ਦਸ ਹਜ਼ਾਰ ਰੁਪਇਆ ਦੇ ਕੇ 20,000 ਰੁਪਏ ਦਿੱਤਾ, ਅਤੇ ਉਸ ਤੋਂ ਬਾਅਦ ਉਹਨੇ ਮਤਲਬ ਆਪਣੇ ਹੱਥ ਖੜ੍ਹੇ ਕਰਤੇ, ਕਹਿੰਦੇ ਅਸੀਂ ਕੋਈ ਇਲਾਜ ਨਹੀਂ ਕਰਵਾਵਾਂਗੇ ਕਿ ਹੁਣ ਇਹ ਕਦੋਂ ਠੀਕ ਹੋਊਗਾ, ਸਾਨੂੰ ਉਹਦੀ ਕੋਈ ਗਰੰਟੀ ਨਹੀਂ ਹੈਗੀ, ਅਤੇ ਅਸੀਂ ਸਾਰਾ ਇਲਾਜ ਅਸੀਂ ਸਾਰਾ ਖਰਚਾ ਅਸੀਂ ਨਹੀਂ ਦੇ ਸਕਦੇ। ਅਸੀਂ ਸਰ ਇੱਥੇ ਆ ਕੇ ਵੀ ਥਾਣੇ 'ਚ ਦੁਬਾਰਾ ਦਰਖਾਸਤ ਲਿਖਵਾਈ ਸੀਗੀ ਕਿ ਸਰ ਉਹ ਬੰਦੇ ਦਾ ਜਿਹੜਾ ਹਾਲਤ ਜ਼ਿਆਦਾ ਖਰਾਬ, ਉਹਦਾ ਖਰਚ ਇਲਾਜ ਦੇ ਉੱਪਰ ਖਰਚਾ ਕਾਫੀ ਜ਼ਿਆਦਾ ਹੋ ਰਿਹਾ ਆ, ਤੁਸੀਂ ਉਹਦਾ ਇਲਾਜ ਸਾਨੂੰ ਜਿੱਦਾਂ ਕਿਹਾ ਸੀਗਾ ਕਿ ਉਹਦਾ ਇਲਾਜ ਕਰਵਾਓ, ਅਤੇ ਇਹ ਉਹਨਾਂ ਨੇ ਗੱਲ ਕੀਤੀ, ਪਰ ਉਹਨਾਂ ਦਾ ਕੋਈ ਸਾਨੂੰ ਕੋਈ ਜਵਾਬ ਸਰ ਆਇਆ ਨਹੀਂ, ਨਾ ਉਹਦੇ ਖਿਲਾਫ਼ ਕੋਈ ਕਾਰਵਾਈ ਹੋਈ, ਲੀਗਲ ਕਾਰਵਾਈ ਹੋਈ, ਅਤੇ ਨਾ ਸਾਨੂੰ ਉਸ ਤੋਂ ਬਾਅਦ ਕੋਈ ਮੁਆਵਜ਼ੇ ਵੱਲੋਂ ਕੋਈ ਪੈਸਾ ਉਹਨਾਂ ਨੇ ਦਿੱਤਾ ਇਲਾਜ ਲਈ। ਸਰ ਓ ਪੀ ਬਾਂਸਲ ਸਕੂਲ ਦੀ ਬੱਸ ਸੀਗੀ ਸਰ, ਕੋਈ ਕਾਰਵਾਈ ਨਹੀਂ ਕੀਤੀ? ਨਹੀਂ ਸਰ, ਹਾਲੇ ਤੱਕ ਕੋਈ ਕਾਰਵਾਈ ਨਹੀਂ। ਕੀ ਮੰਗ ਕਰਦੇ ਸਰ? ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ। ਜੇਕਰ ਇਨਸਾਫ਼ ਨਾ ਮਿਲਿਆ ਸਰ, ਅਸੀਂ ਧਰਨਾ ਲਾਵਾਂਗੇ ਜੀ, ਜਿੱਥੇ ਤੱਕ ਸਾਡੇ ਕੋਲ ਹੋ ਸਕਿਆ ਅਸੀਂ ਕਰਾਂਗੇ, ਅਤੇ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਸਰ ਧਰਨਾ ਲਗਾਵਾਂਗੇ। ਮੈਟਰ ਇਹ ਜੀ, ਮੈਂ ਤਾਂ ਉੱਥੇ ਆਪਣਾ ਕਲੀਨਿਕ ਖੋਲ੍ਹਿਆ ਹੋਇਆ ਸੀਗਾ, ਮੇਰੇ ਜਾਣ ਪਛਾਣ ਨੇ ਮੇਰੇ ਕੋਲ ਮੈਡੀਸਨ ਵਗੈਰਾ ਲੈਣ ਆਉਂਦੇ ਸੀਗੇ, ਅਤੇ ਮੇਰਾ ਅਸਲ 'ਚ ਕੋਈ ਨਹੀਂ ਹੈਗਾ, ਆਪਣੀ ਸਿਰਫ ਇਨਸਾਨੀਅਤ ਦੇ ਤੌਰ 'ਤੇ ਆਪਾਂ ਉਹਨਾਂ ਦੇ ਉਹ ਕਰ ਰਹੇ ਹਾਂ। ਇਹ ਗੁੜੀਆ ਦੇ ਮੇਰੇ ਕੋਲ ਫੋਨ ਆਉਂਦੇ ਸੀ ਰੋਜ਼, ਕਹਿੰਦੇ ਆਂਟੀ ਜੀ ਕੁਛ ਕਰੋ ਪਾਪਾ ਦੀ, ਨਾ ਤਾਂ ਹੋਸਪਿਟਲ ਤੋਂ ਵੀ ਛੁੱਟੀ ਕਰਤੀ ਉਹਨਾਂ ਨੇ, ਕੋਈ ਦੇਖਭਾਲ ਨਹੀਂ ਹੋ ਰਹੀ, ਅਤੇ ਨਾ ਹੀ ਸਾਡੇ ਕੋਈ ਉਹਨਾਂ ਦੀ ਕੋਈ ਹੈਲਪ ਕਰ ਰਹੇ ਨੇ, ਆਂਟੀ ਜੀ ਕੁਛ ਕਰੋ। ਮੈਂ ਬੜੇ ਪਾਸੇ ਭੱਜ ਨੱਠ ਕੀਤੀ, ਫਿਰ ਮਾਂ ਅਨਮੋਲ ਕਵਾਤਰੇ ਨੂੰ ਵੀ ਫੋਨ ਕੀਤਾ, ਉਹਨਾਂ ਨੇ ਵੀ ਕੋਈ ਟਾਈਮ ਨਹੀਂ ਸੀ ਉਹਨਾਂ ਕੋਲ, ਅਤੇ ਫਿਰ ਕਹਿੰਦੀ ਆਂਟੀ ਕੁਛ ਕਰੋ, ਫਿਰ ਤਾਂ ਕਰਕੇ ਗੱਲ ਹੋਈ ਹੈ ਜੀ, ਕਹਿੰਦੇ ਮੇਰੇ ਪਾਪਾ ਪਏ ਨੇ ਇੱਥੇ, ਅਤੇ ਉਹਨਾਂ ਦੀ ਕੋਈ ਕਾਰਵਾਈ, ਉਹਦੀ ਕੰਡੀਸ਼ਨ ਨੂੰ ਦੇਖਦੇ ਹੋਏ ਜੀ ਉਹਨੇ ਕੱਲ੍ਹ ਸੁਸਾਈਡ ਕਰ ਲਿਆ। ਹੁਣ ਹਾਲਤ ਇਹ ਹੈ ਕਿ ਉਹ ਵੀ ਕੋਮਾ 'ਚ ਪਿਆ ਜੀ ਬੰਦਾ, ਬੇਤੀਬਾੜੀ ਹੈ ਜਿਹੜਾ, ਅਤੇ ਉਹਦਾ ਇਲਾਜ ਨਹੀਂ ਹੋ ਰਿਹਾ, ਕਮਾਉਣ ਵਾਲਾ ਇਕੱਲਾ ਉਹੀ ਹੈ, ਅਤੇ ਨਾ ਉਹਦਾ ਕੋਈ ਇਲਾਜ ਹੋ ਰਿਹਾ, ਉਹਨੂੰ ਓਪਨ 'ਚ ਪਿਆ ਜੀ, ਮੱਛਰ ਲੜ ਰਹੇ ਨੇ ਉਹਦੇ ਵਿਹੜੇ 'ਚ ਪਿਆ, ਪੱਖਾ ਲਾਇਆ ਹੋਇਆ, ਅਤੇ ਹੁਣ ਆਪਾਂ ਨੂੰ ਇਹ ਵੀ ਮੰਗ ਹੈ ਜੀ ਉਹਨੂੰ ਕਿਸੇ ਹੋਸਪਿਟਲ 'ਚ ਤੁਸੀਂ ਸ਼ਿਫਟ ਕਰੋ ਜਿੱਥੇ ਉਹਦੀ ਦੇਖਭਾਲ ਹੋ ਸਕੇ। ਬੱਤੀ ਵਾਲਿਆਂ ਨੇ ਕਹਿੰਦੇ ਜੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ, ਉਹਨੂੰ ਤਾਂ ਘਰ ਭੇਜਤਾ, ਕਹਿੰਦੇ ਜੀ ਜਿੱਥੇ ਮਰਜ਼ੀ ਤੁਸੀਂ ਲੈ ਕੇ ਜਾਓ ਜਾਂ ਫਤਿਹਗੜ੍ਹ ਲੈ ਜਾਓ। ਫਤਿਹਗੜ੍ਹ ਗੁੜੇ ਦੀ ਸੁਸਾਈਡ ਦਾ ਕਾਰਨ ਜੀ ਪਾਪਾ ਦੀ ਟੈਨਸ਼ਨ ਹੈ, ਮੇਰੇ ਕੋਲ ਡੇਲੀ ਫੋਨ ਆਉਂਦੇ ਸੀ ਜੀ ਉਹਨਾਂ ਦੇ, ਆਪਣਾ ਫੈਮਿਲੀ ਵਾਲਾ ਹੀ ਕੰਮ ਹੈ ਜੀ ਉਹਨਾਂ ਨਾਲ, ਕਹਿੰਦੇ ਆਂਟੀ ਤੁਸੀਂ ਕਰੋ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਸਾਡੀ ਹੈਲਪ ਕਰੋ, ਕਿਸੇ ਨੂੰ ਪੁੱਛੋ, ਕਿਸੇ ਨੂੰ ਮਿਲਾਓ, ਸਾਡਾ ਕੁਛ ਕਰੋ ਤੁਸੀਂ। ਹੁਣ ਮੰਗ ਇਹ ਹੈ ਜੀ, ਇੱਕ ਤਾਂ ਉਹਨਾਂ ਦੇ ਜਿਹੜੀ ਵੀ ਹੈਗੀ ਉਹਨਾਂ ਦੇ ਇਨਸਾਫ਼ ਮਿਲਣਾ ਚਾਹੀਦਾ, ਸਕੂਲ ਵਾਲਿਆਂ ਨੇ ਕੋਈ ਇਹਨਾਂ ਦੇ ਹੈਲਪ ਨਹੀਂ ਕੀਤੀ, ਕੁਛ ਨਹੀਂ ਕੀਤਾ, ਉਹਨਾਂ ਦੀ FIR ਹੋਣੀ ਚਾਹੀਦੀ ਹੈ, ਜਿਹੜੀ ਉਹਦੀ ਮੰਮੀ ਦੀ ਡਿਮਾਂਡ ਹੈ। ਉਹ ਕਹਿੰਦੀ ਜੀ ਸਾਨੂੰ ਕੋਈ ਖਰਚਾ ਨਹੀਂ, ਕੋਈ ਕੁਛ ਨਹੀਂ, ਸਾਨੂੰ ਸਿਰਫ ਇਹ ਵੀ ਜਿਵੇਂ ਸਾਡਾ ਘਰ ਖਰਾਬ ਹੋਇਆ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ, ਉਹਨਾਂ ਦਾ ਡਰਾਈਵਰ ਹੈ ਜਿਹੜੇ ਸਕੂਲ ਦੇ ਮਾਲਕ ਨੇ ਆ ਕੇ ਜਵਾਬਦੇਹ ਕਰਨਾ। ਹਾਂਜੀ, ਅਤੇ ਇੱਕ ਜਿਹੜਾ ਅਵੇਤੀਵਾੜੀ ਖਾਲੀ ਰੁੜਲੇ ਹੈ ਘਰ, ਕੋਈ ਹੋਸਪਿਟਲ 'ਚ ਨਹੀਂ, ਉਸਨੂੰ ਕਿਸੇ ਹੋਸਪਿਟਲ 'ਚ ਲਿਜਾ ਕੇ ਉਹਨੂੰ ਐਡਮਿਟ ਕਰਾਇਆ ਜਾਵੇ, ਉਹਦੀ ਦੇਖਭਾਲ ਚੰਗੀ ਤਰ੍ਹਾਂ ਹੋਵੇ। ਜਦੋਂ ਤੱਕ ਉਹ ਜਿੰਦਾ ਉਦੋਂ ਤੱਕ ਤਾਂ ਆਪਣਾ ਫਰਜ਼ ਬਣਦਾ ਨਾ ਉਹਨੂੰ ਦੇਖਭਾਲ ਕਰਨ ਦਾ, ਜਦੋਂ ਤੱਕ ਬੰਦਾ ਮਰਿਆ ਨਹੀਂ ਉਦੋਂ ਤੱਕ ਤਾਂ ਆਸ ਹੈਗੀ ਆ। ਬਸ ਇਹੀ ਮੰਗ ਹੈ ਜੀ ਸਾਡੀ, ਇੱਕ ਸਾਨੂੰ ਇਨਸਾਫ਼ ਚਾਹੀਦਾ ਜੀ ਗੁੜੀਆ ਦੀ, ਉਹਦੇ ਤਾਂ ਦੋ ਬੰਦੇ ਗਏ ਨਾ ਜੀ ਘਰੋਂ, ਬਸ ਇਹ ਇਨਸਾਫ਼ ਮੰਗ ਕਰ ਰਹੇ ਨੇ ਅਸੀਂ ਪਰਿਵਾਰ, ਵੀ ਸਾਡੇ ਪਰ ਇਨਸਾਫ਼ ਮਿਲੇ ਜੀ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਹਾਂਜੀ, ਇੱਕ ਨਾਲੇ 14-15 ਸਾਲ ਦੀ ਉਮਰ ਦੀ ਲਗਭਗ ਤਕਰੀਬ ਕੁੜੀ ਨੇ ਸੁਸਾਈਡ ਕੀਤਾ, ਉਹਦੀ ਜਿਹੜਾ ਹੁਣ ਪੋਸਟਮਾਰਟਮ ਦੀ ਕਾਰਵਾਈ ਕਰਾਂਗੇ, ਘਰਦਿਆਂ ਦੇ ਬਿਆਨ ਲਿਖਣੇ, ਜੋ ਜਿਵੇਂ ਬਿਆਨ ਲਿਖਾਉਣਗੇ ਉਸ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਸਰ ਅੱਜ ਤੋਂ 10 ਦਿਨ ਪਹਿਲਾਂ ਐਕਸੀਡੈਂਟ ਹੋਇਆ ਸੀਗਾ, ਜਿਹਦੇ ਵਿੱਚ ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ ਹੋ ਗਿਆ ਸੀ ਬੱਸ ਦੇ ਨਾਲ, ਜਿਹੜੀ ਬੱਸ ਸੀ ਉਹ ਕਾਲਜ ਨਾਲ ਸੰਬੰਧਿਤ ਸੀ, ਉਹਦੇ ਵਿੱਚ ਇਹਨਾਂ ਨੇ ਅਸੀਂ ਬਿਆਨ ਲਿਖਿਆ ਵੀ ਸਾਡੀ ਰਾਜਨਾਮੇ ਦੀ ਗੱਲ ਚੱਲ ਰਹੀ, ਕੁਛ ਪੈਸੇ ਉਹਨਾਂ ਨੇ ਇਲਾਜ ਲਈ ਦਿੱਤੇ ਸੀਗੇ, ਇਹਨਾਂ ਨੇ ਸਾਨੂੰ ਉਸ ਮੁਕੱਦਮੇ 'ਚ ਸਾਡੇ ਕੋਈ ਸਟੇਟਮੈਂਟ ਨਹੀਂ ਲਿਖਾਈ ਸੀ।
ਤੇ ਹੁਣੇ ਡਾਕਟਰ ਨੇ ਸੁਸਾਈਡ ਕਰ ਲਿਆ ਤੇ ਜਿਵੇਂ ਕਹਿਣਗੇ ਉਹਦੇ ਕਾਰਨ ਵੀ ਕਰਨਾ।